ਪੰਜਾਬ ਰਾਂਗੇਜ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਅੱਜ ਅਸੀਂ ਤੁਹਾਡੇ ਕੋਲ ਇੱਕ ਬੜੀ ਅਹਿਮ ਖਬਰ ਲੈ ਕੇ ਆਏ ਹਾਂ ਉਹ ਵੇ ਵਰਲਡ ਪੰਜਾਬੀ ਕਾਨਫਰੰਸ ਦੇ ਬਾਰੇ ਵਿੱਚ ਜੀ ਹਾਂ ਇਹਦੇ ਬਾਰੇ ਚ ਤੁਹਾਨੂੰ ਸਾਰਿਆਂ ਨੂੰ ਇਤਲਾਹ ਦੇਣੀ ਹੈ ਇਹਦੇ ਆਰਗੇਨਾਈਜ਼ਰ ਇਹਦੇ ਪ੍ਰਧਾਨ ਜਨਾਬ ਅਜੈਬ ਸਿੰਘ ਛੱਟਾ ਸਾਹਿਬ ਸਾਡੇ ਨਾਲ ਮੌਜੂਦ ਨੇ ਛੱਟਾ ਸਾਹਿਬ ਦਾ ਬਹੁਤ-ਬਹੁਤ ਨਿੱਘਾ ਸਵਾਗਤ ਮਿਹਰਬਾਨੀ ਜੀ ਤੁਹਾਨੂੰ ਵੀ ਅਸਲਾਮੁਅਲੈਕਮ ਤੇ ਸਤਿ ਸ੍ਰੀ ਅਕਾਲ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਅਚਟਾ ਸਾਹਿਬ ਪਹਿਲੇ ਤੇ ਸਭ ਤੋਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਇੰਨੀਆਂ ਵੱਡੀਆਂ ਕਾਨਫਰੰਸਿਸ ਕਰਾਉਂਦੇ ਹੋ ਇਹ ਕਿੰਨਵਾ ਨੰਬਰ ਹੈ ਔਰ ਤੁਸੀਂ ਕਿਉਂ ਕਰਾਉਂਦੇ ਹੋ ਇਹ 10ਵੀਂ ਵਰਲਡ ਪੰਜਾਬੀ ਕਾਨਫਰੰਸ ਹੈਗੀ ਆ ਮੈਂ ਇਕੱਲਾ ਨਹੀਂ ਕਰਾਉਂਦਾ ਸਾਰੀ ਸਾਡੀ ਟੀਮ ਕਰਾਉਂਦੀ ਹੈ ਜਿਨ੍ਹਾਂ ਚੋਂ ਤੁਸੀਂ ਆਪ ਜੀ ਗੋਰਾ ਜੀ ਵਿੱਚ ਸਾਰੇ ਹੈਗੇ ਆ ਇਹ ਸਿਰਫ ਟੀਮ ਦੇ ਸਹਾਰੇ ਹੀ ਹੁੰਦੀ ਹੈਗੀ ਆ ਤੇ ਮੇਰੇ ਖਿਆਲ ਠੀਕ ਚੱਲ ਰਿਹਾ ਜੀ ਤੁਸੀਂ ਸਾਰੀ ਟੀਮ ਦਾ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡੇ ਆਰਗੇਨਾਈਜ਼ਰਸ ਕੌਣ-ਕੌਣ ਨੇ ਔਰ ਤੁਹਾਡਾ ਕੀ ਪ੍ਰੋਗਰਾਮ ਹੈ ਤੁਸੀਂ ਉਹਦੀ ਉਹਦਾ ਵਿਸ਼ਾ ਕੀ ਹੈ ਔਰ ਉਹਦੇ ਵਿੱਚ ਕਿਹੜੇ-ਕਿਹੜੇ ਸਪੀਕਰਸ ਜ਼ਰਾ ਥੋੜਾ ਜਿੰਨਾ ਸਾਡੇ ਦਰਸ਼ਕਾਂ ਨੂੰ ਇਹਦਾ ਇੰਟਰੋਡਕਸ਼ਨ ਇੰਟਰੋਡਕਸ਼ਨ ਕਰਾਓ ਐ ਸਵਾਰੀ ਜਿਹੜੀ ਅਸੀਂ 10ਵੀਂ ਵਰਲਡ ਪੰਜਾਬੀ ਕਾਨਫਰੰਸ ਕਰਵਾ ਰਹੇ ਹੈਗੇ ਆ 5 6 ਤੇ 7 ਜੁਲਾਈ 2024 ਨੂੰ ਹੋ ਰਹੀ ਆ ਫਰਾਈਡੇ ਸੈਟਰਡੇ ਸੰਡੇ ਸ਼ੁੱਕਰਵਾਰ ਸ਼ਨੀਚਵਾਰ ਤੇ ਐਤਵਾਰ ਜਿਹੜਾ ਪਹਿਲਾ ਸੈਸ਼ਨ ਹੋਊਗਾ ਬ੍ਰੈਮਟਨ ਇਹ ਸਿਟੀ ਜਿਹੜਾ ਸਿਟੀ ਹੈਗੀ ਆ ਉਹਦੇ ਉਹਦੇ ਵਿੱਚ ਹੋਊਗਾ ਤੇ ਖਿਡਾਰਾ 7 ਤਰੀਕ ਨੂੰ ਹੋਣਾ ਹੈਗਾ ਵਾ ਉਹ ਸੈਂਚਰੀ ਗਾਰਡਨ ਰਿਕਰੀਏਸ਼ਨ ਸੈਂਟਰ ਦੇ ਵਿੱਚ ਹੋਣਾ ਹੈਗਾ ਤੇ ਇਹਦੇ ਵਿੱਚ ਸਾਡੇ ਜਿਹੜੇ ਸਰਪ੍ਰਸਤ ਹੈਗੇ ਆ ਉਹ ਸਾਰ ਅਮਰ ਸਿੰਘ ਜੀ ਪੁੱਲਰ ਸਾਹਿਬ ਜਿਹੜੇ ਹਮਦਾਰਦ ਵੀਕਲੀ ਦੇ ਮਾਲਕ ਹੈਗੇ ਆ ਉਹ ਹੈਗੇ ਆ ਜਿਹੜੇ ਸਾਡੇ ਨਾਲ ਸਾਰੀ ਕਮੇਟੀ ਹੈਗੀ ਐਗਜ਼ੀਕਟਿਵ ਮੈਂਬਰ ਤਾਹਰ ਅਸलम ਗੋਰਾ ਜੀ ਡਾਕਟਰ ਜਸਵਿੰਦਰ ਸਿੰਘ ਜੀ ਸਰਦੂਲ ਸਿੰਘ ਜੀ ਥਿਆੜਾ ਸੰਤੋਖ ਸਿੰਘ ਸੰਧੂ ਨੰਦ ਲੰਬੀ ਲਸਤ ਦੇ ਕਰੀਬ 24 ਮੈਂਬਰ ਹੈਗੇ ਸਾਰੇ ਆਪਾਂ ਨਾਂ ਵੀ ਗਿਣੀਆਂ ਤੇ ਚੰਗੇ ਬਜ਼ੀਰ ਜਿਹੜੇ ਕਹਿੰਦੇ ਨੇ ਨਾ ਕਿ ਅਹਮ ਅਹਮ ਚਾਵਲਾਂ ਦੇ ਦੋ ਦਾਣੇ ਚੱਕ ਲਈਏ ਤੇ ਪਤਾ ਚੱਲ ਜਾਂਦਾ ਦੇ ਕੈਸੀ ਏ ਤੇ ਚੰਦ ਲੋਕਾਂ ਦਾ ਨਾਮ ਪਤਾ ਚੱਲ ਜਾਏ ਤੇ ਪਤਾ ਚੱਲ ਜਾਂਦਾ ਕਿ ਆਰਗੇਨਾਈジング ਕਮੇਟੀ ਇਹਨਾਂ ਦੀ ਛੱਤਰ ਛਾਇਆ ਦੇ ਵਿੱਚ ਚੱਲਦੀ ਹੈ ਇਹ ਦੱਬ ਨਹੀਂ ਹੋਣੀ ਜੇ ਲੇਡੀ ਦਾ ਨਾਮ ਪੂਰਾ ਨਾਂ ਲੈ ਦਿੱਤਾ ਹਾਂ ਡਾਕਟਰ ਰਮਣੀ ਪਤਰਾ ਜੀ ਸਾਡੇ ਪਾਪਾ ਦੇ ਪ੍ਰਧਾਨ ਹੈਗੇ ਆ ਖਲੀਮਾ ਸਾਦਿਆ ਜੀ ਆਪ ਜੀ ਆ ਵਾਈਫ ਮੇਰੀ ਬਲਵਿੰਦਰ ਤੋਂ ਉਹ ਤੋਂ ਬਿਨਾ ਕੋਈ ਕਰ ਨਹੀਂ ਸਕਦੇ ਇਸ ਕਰਕੇ ਸਾਡੇ ਲੇਡੀਜ਼ ਜੀ ਹੈਗੀਆਂ ਹਰੇ ਮੰਦੀਪ ਕੋਰ ਮੰਗਟ ਹੈਗੀ ਆ ਉਹ ਸਾਡੇ ਨਾਲ ਬਹੁਤ ਜ਼ਿਆਦਾ ਕੰਮ ਕਰ ਰਹੀਆਂ ਤ੍ਰਿਪਤਾ ਸੋਢੀ ਰੁਪਿੰਦਰ ਸੰਧੂ ਇਹ ਚਾਰ ਪੰਜ ਦਾ ਨਾਮ ਲੈ ਦੇਣਾ ਬਾਕੀ ਟੀਮ ਇਹਨਾਂ ਦੇ ਨਾਲ ਕਾਫੀ ਵੱਡੀ ਆ ਤਕਰੀਬਨ ਸਾਡੇ ਕੋਲ 52 ਕ ਬੰਦੇ ਹੈਗੇ ਆ ਟੀਮ ਮੈਂ ਜਿਹੜੇ ਸਾਡੇ ਨਾਲ ਕੰਮ ਕਰ ਰਹੇ ਐਡਾ ਵੱਡਾ ਕੰਮ ਜਿਹੜਾ ਤੁਸੀਂ ਲੈਂਦੇ ਹੋ ਔਰ ਉਹਨੂੰ ਇੰਨੇ ਕਾਮਯਾਬੀ ਦੇ ਨਾਲ ਕਰਦੇ ਹੋ ਹਰ 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 ਸਾਲ ਹਰ ਦੂਸਰੇ ਸਾਲ ਕੁਛ ਨਾ ਕੁਛ ਤੁਹਾਡਾ ਚੱਲਦਾ ਰਹਿੰਦਾ ਕੁਛ ਨਾ ਕੁਛ ਹੁੰਦਾ ਰਹਿੰਦਾ ਛੇਟਾ ਸਾਹਿਬ ਹੋਂਦ ਸਭ ਤੋਂ ਪਹਿਲੇ ਇਸ طرف ਆਨੇ ਆ ਕਿਉਂਕਿ ਦਰਸ਼ਕਾਂ ਨੂੰ ਇਹ ਜਾਣਨਾ ਹੋਵੇਗਾ ਕਿ ਤੁਹਾਡਾ ਮੁੱਦਾ ਇਸ ਵਾਰ ਜਿਹੜਾ ਖਾਸ ਸਬਜੈਕਟ ਟੂ ਡਿਸਕਸ ਕੀ ਹੈ ਉਹਦੇ ਲਈ ਹਿਮਾਚਲ ਜਦੋਂ ਪਰ ਨਾ ਇਹਦਾ ਵਰਲਡ ਪੰਜਾਬੀ ਕਾਨਫਰੰਸ ਰੱਖਿਆ ਹੈਗਾ ਇੱਕ ਮੁੱਦਾ ਤਾਂ ਪੰਜਾਬੀ ਦੀ ਭਾਸ਼ਾ ਦੀ ਦਸ਼ਾ ਬਾਰੇ ਤਾਂ ਗੱਲ ਕਰਨੀ ਕਰਨੀ ਆ ਉਹਦੇ ਨਾਲ ਹੀ ਸੈਕੰਡ ਮੁੱਦਾ ਰੱਖ ਲੈਣੇ ਹੁੰਦੇ ਆ ਜਦੋਂ ਪਹਿਲਾਂ ਇਹ ਕਾਨਫਰੰਸ ਆ ਰੱਖਿਆ ਸੀ ਕਿਸੇ ਵੇਲੇ ਅਸੀਂ ਨੈਤਿਕਤਾ ਦਾ ਰੱਖ ਲਿਆ ਸੀਗਾ ਜਾਂ ਕੈਦੇ ਨੂਰ ਬਾਰੇ ਗੱਲ ਕਰਦੇ ਰਹੇ ਹਗੇ ਜਾਂ ਐਜੂਕੇਸ਼ਨ ਸਿਸਟਮ ਦੇ ਗੱਲ ਕਰਦੇ ਰਹੇ ਹਗੇ ਆਇਤਿਕ ਵੈ ਇਸ ਵਾਰੀ ਸਾਡਾ ਮੁੱਦਾ ਹੈਗਾ ਪੰਜਾਬੀ ਹੀਰੋ ਪੰਜਾਬੀ ਨਾਇਕ ਪੰਜਾਬੀ ਨਾਲ ਇੱਕ ਬੰਦਿਆਂ ਦੀ ਨਹੀਂ ਗੱਲ ਕਰ ਰਹੇ ਲੈਡੀਆਂ ਦੀ ਵੀ ਕਰ ਰਹੇ ਹੈਗਾ ਵਾ ਬਹੁਤ ਸਾਰੇ ਹੁਣ ਬੰਦਾ ਗੱਲ ਕਰਨਗੇ ਜੀ ਆ ਬੰਦਾ ਡਿਜ਼ਰਵ ਨਹੀਂ ਕਰਦਾ ਸੀ ਨੂੰ ਐਵੇਂ ਇਹਨਾਂ ਨੇ ਸਰਕਾਰਾਂ ਨੇ ਇਹਨੂੰ ਹੀਰੋ ਬਣਾ ਛੱਡਿਆ ਤੇ ਕਈ ਬੰਦੇ ਹੁਣ ਗੋਲੇ ਰਹਿ ਗਏ ਅਸੀਂ ਹੁਣ ਕਿਹਾ ਵੀ ਸਾਰੇ ਵਿਦਵਾਨਾਂ ਨੂੰ ਇਕੱਠੇ ਕਰਕੇ ਪੇਪਰ ਉਹਨਾਂ ਕੋਲ ਮਗਵਾਏ ਹੈਗਾ ਡਿਸਕਸ਼ਨ ਹੋਊਗੀ ਕਿ ਇਹਨਾਂ ਨੂੰ ਕੀ ਪੰਜਾਬੀ ਹੀਰੋ ਹੁੰਦੇ ਕਿਹੜੇ ਹੈਗੇ ਆ ਕੌਣ ਸਾਡੇ ਪੰਜਾਬੀ ਹੀਰੋ ਹੈਗੇ ਆ ਮੇਰੇ ਖਿਆਲ ਆ ਐਤਕੀ ਵੀ ਪਹਿਲੀਆਂ ਕਾਨਫਰੰਸਾਂ ਵਾਂਗੂ ਇਹ ਵੀ ਕਾਮਯਾਬ ਹੋਊਗੀ ਤੇ ਇੱਕ ਪੂਰੀ ਕੰਪਲੀਟ ਅਸੀਂ ਕੋਸ਼ਿਸ਼ ਕਰਾਂਗੇ ਸ਼ਾਇਦ ਹੋਦਾ ਦੋ ਚਾਰ ਰਹਿ ਵੀ ਜਾਣ ਤੇ ਦੋ ਚਾਰ ਗਲਤੀ ਵੀ ਪੈ ਜਾਣ ਪਰ ਘਟੋ ਘਟ ਕੋਈ ਕਰਾਂਗੇ ਤੇ ਸਹੀ ਨਾ ਕਈ ਬੰਦੇ ਕਹਿੰਦੇ ਗਲਤੀ ਨਹੀਂ ਗਲਤੀ ਨਹੀਂ ਕਰਨੀ ਸਾਰੀ ਉਮਰ ਸਟਾਰਟ ਹੀ ਨਹੀਂ ਕਰਦੇ ਅਸੀਂ ਖਰੀਮਾ ਸਟਾਰਟ ਕਰ ਦਿੰਨੇ ਹੁੰਨੇ ਆ ਅਸੀਂ ਸਟਾਰਟ ਕਰਤਾ ਹੈਗਾ ਮੇਰੇ ਖਿਆਲ ਆ ਇਸ ਵਾਰੀ ਬੜੀ ਵਧੀਆ ਇੱਕ ਲਿਸਟ ਬਣੂਗੀ ਕੌਣ ਕੌਣ ਸਾਡੇ ਪੰਜਾਬ ਦੇ ਹੀਰੋ ਹੈਗੇ ਆ ਜੋ ਪੰਜਾਬੀ ਦੀ ਗੱਲ ਕਰਦੇ ਮੈਂ ਕੱਲੇ ਸਿੱਖਾਂ ਦੀ ਨਹੀਂ ਕਰ ਰਿਹਾ ਵਿੱਚ ਹਿੰਦੂ ਮੁਸਲਮ ਸਿੱਖ ਤੇ ਈਸਾਈ ਚਾਰੇ ਧਰਮਾਂ ਦੀ ਗੱਲ ਕਰ ਰਿਹਾ ਇਹ ਚ ਹਿੰਦੁਸਤਾਨ ਵਾਲੇ ਵੀ ਪਾਕਿਸਤਾਨ ਵਾਲੇ ਵੀ ਜਿਹੜੇ ਬਾਹਰ ਦੇਸ਼ਾਂ 'ਚ ਵੀ ਬੈਠੇ ਆਗੇ ਆ ਜਿਹੜੇ ਪੰਜਾਬੀਅਤ ਦਾ ਪ੍ਰਚਾਰ ਕਰ ਰਹੇ ਹੈਗੇ ਆ ਜਾਂ ਜਿਹੜੇ ਪੰਜਾਬੀ ਲਈ ਚੰਗਾ ਕੰਮ ਕਰ ਰਹੇ ਆ ਫਿਰ ਇਚ ਪੋਲੀਟੀਕਲ ਬੰਦੇ ਵੀ ਹੋ ਸਕਦੇ ਹੈਗੇ ਆ ਸਮਾਜਿਕ ਵੀ ਬੰਦੇ ਹੋ ਸਕਦੇ ਹੈਗੇ ਆ ਇਹ ਚ ਕੋਈ ਵੀ ਬੰਦਾ ਕੋਈ ਇਵਨ ਕਿ ਪੋਲੀਟੀਸ਼ੀਅਨ ਵੀ ਹੋਵੇ ਜਿਹੜੇ ਚੰਗੇ ਬੰਦੇ ਸ਼ਰੀਫ ਆ ਆਦਮੀ ਸਹੀ ਹੁੰਦੇ ਹੈਗੇ ਆ ਉਹ ਚ ਪੋਲੀਟੀਸ਼ੀਅਨ ਵੀ ਹੋ ਸਕਦੇ ਆ ਦਰ ਅਸਲ ਜਿਹੜੇ ਲੋਕ ਵੱਡੇ ਕੰਮ ਕਰਦੇ ਨੇ ਖਾਸ ਖਾਸ ਦੌਰ ਦੇ ਉੱਤੇ ਖਾਸ ਖਾਸ ਜਗਾ ਦੇ ਉੱਤੇ ਜ਼ਰੂਰੀ ਨਹੀਂ ਹੁੰਦਾ ਉਹ ਸਾਰੇ ਹੀ ਡਿਸਕਸ ਹੋ ਸਕਣ ਕਿਉਂਕਿ ਬਹੁਤ ਸਾਰੇ ਸਾਇੰਸਤਾਨ ਐਸੇ ਹੁੰਦੇ ਨੇ ਬਹੁਤ ਸਾਰੇ ਸੂਝਵਾਨ ਐਸੇ ਹੁੰਦੇ ਨੇ ਜਿਹੜੇ ਬਹੁਤ ਅਹਿਮ ਹੁੰਦੇ ਨੇ ਲੇਕਿਨ ਉਹ ਬਹੁਤ ਜ਼ਿਆਦਾ ਰੈਕਗਨਾਈਜ਼ ਨਹੀਂ ਹੁੰਦੇ ਪਬਲੀਕਲੀ ਔਰ ਉਹਨਾਂ ਦੇ ਬਾਰੇ ਵਿੱਚ ਬੜੀ ਕੰਟਰੋਵਰਸੀ ਵੀ ਰਹਿੰਦੀ ਹੈ ਲੇਕਿਨ ਜਿਹੜਾ ਕਾਮ ਨੇ ਉਹ ਬੋਲਦਾ ਹੈ ਜਿਹੜੇ ਉਹਨਾਂ ਨੇ ਇਤਿਹਾਸਕ ਤੌਰ ਦੇ ਉੱਤੇ ਕੰਮ ਕੀਤਾ ਹੁੰਦਾ ਹੈ ਫਰਕ ਲਿਆਏ ਹੁੰਦੇ ਨੇ ਮੌਇਸਰੇਜ ਕਿਸੇ ਵੀ ਦਿਸ਼ਾ ਦੇ ਹਵਾਲੇ ਨਾਲ ਉਹ ਅਹਿਮ ਹੁੰਦੇ ਨੇ ਔਰ ਸਾਡਾ ਪੰਜਾਬ ਹਮੇਸ਼ਾ ਤੋਂ ਤਾਰੀਖੀ ਤੌਰ ਤੇ ਬਹੁਤ ਅਹਿਮ ਰਿਹਾ ਹੈ ਔਰ ਜੀਓਗ੍ਰਾਫਿਕਲੀ ਵੀ ਔਰ ਉਹਦਾ ਕੰਟ੍ਰਿਬਿਊਸ਼ਨ ਵੀ ਬਹੁਤ ਰਿਹਾ ਹੈ ਔਰ ਜਿਹੜੀ ਕਹਿੰਦੇ ਨੇ ਜਿਹੜੀਆਂ ਜ਼ਿੰਦਾ ਕੌਮਾਂ ਹੁੰਦੀਆਂ ਨੇ ਉਸ ਜ਼ਿੰਦਾ ਤਦ ਰਹਿੰਦੀਆਂ ਨੇ ਜਦੋਂ ਆਪਣੇ ਹੀਰੋਜ਼ ਨੂੰ ਪਛਾਣਦੀਆਂ ਨੇ ਜਦੋਂ ਇਹ ਇਸ ਗੱਲ ਨੂੰ ਜਾਣਦੀਆਂ ਨੇ ਕਿ ਉਹਨਾਂ ਵਾਸਤੇ ਜਿਨ੍ਹਾਂ ਨੇ ਕੰਮ ਕੀਤਾ ਹੈ ਉਹਨਾਂ ਨੂੰ ਰਿਕਗਨਾਈਜ਼ ਕੀਤਾ ਜਾਏ ਇਹ ਤੁਹਾਡੀ ਬਹੁਤ ਵੱਡੀ ਇਸਤਾਫਾ ਦੀ ਕੋਸ਼ਿਸ਼ ਹੋਏਗੀ ਚਲੋ ਹੁਣ ਥੋੜੀ ਜਿਹੀ ਇਸ ਗੱਲ ਦੇ ਉੱਤੇ ਵੀ ਆਣੇ ਆ ਕਿ ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਬੱਚੇ ਆ ਸਕਦੇ ਨੇ ਨਹੀਂ ਆ ਸਕਦੇ ਕਿਉਂਕਿ ਯੂਜੂਲੀ ਵੀਕਐਂਡ ਦੇ ਉੱਤੇ ਔਰ ਖਾਸ ਤੌਰ ਤੇ ਨਾ ਛੁੱਟੀਆਂ ਛਣ ਤੇ ਗਰਮੀਆਂ ਦੀਆਂ ਛੁੱਟੀਆਂ ਵੀ ਹੋ ਜਾਣੀਆਂ ਨੇ ਤੇ ਇਹ ਬੜਾ ਵੱਡਾ ਜਿਹੜਾ ਇਹ ਨਾ ਪ੍ਰੋਬਲਮ ਹੁੰਦਾ ਔਰ ਜੋੜਨਾ ਵੀ ਹੁੰਦਾ ਕਿਉਂਕਿ ਬੱਚਿਆਂ ਨੂੰ ਨਾਲ ਜੋੜਨਾ ਵੀ ਹੁੰਦਾ ਛੱਡ ਵੀ ਨਹੀਂ ਸਕਦੇ ਤੇ ਕੋਈ ਤਾਂ ਨਹੀਂ ਰੈਸਟ੍ਰਿਕਸ਼ਨਸ ਨੇ ਜਾਂ ਕੋਈ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਉਹਦੇ ਲਈ ਅਮਰੀਕਾ ਗਿਗ ਪਹਿਲਾਂ ਵੀ ਕਾਫੀ ਵਾਰੀ ਗੱਲ ਹੋ ਚੁੱਕੀ ਹੈਗੀ ਆ ਇਹ ਜਿਹੜੀ ਕਾਨਫਰੰਸ ਹੁੰਦੀ ਆ ਨਾ ਜੀ ਇਹ ਵੱਡੇ ਵਿਦਵਾਨਾਂ ਦੀ ਹੁੰਦੀ ਹੈਗੀ ਆ ਚਾਹੇ ਅਸੀਂ ਬੱਚਿਆਂ ਲਈ ਕੰਮ ਕਰਦੇ ਵੀ ਉਹਨਾਂ ਨੂੰ ਅਸੀਂ ਕਿਵੇਂ ਪੜਾਉਣਾ ਕੀ ਕਰਨਾ ਹੈਗਾ ਪਰ ਬੱਚਨ ਨੂੰ ਉਸ ਦਿਨ ਅਸੀਂ ਅਲਾਉ ਨਹੀਂ ਕਰਦੇ ਉਹਦਾ ਕਾਰਨ ਆ ਜੇ ਉਹਨਾਂ ਵੱਡੇ ਵਾਈਸ ਚਾਂਸਰ ਸਹਿਬਾਨ ਆਏ ਜਾਂ ਪ੍ਰੋਫੈਸਰ ਸਹਿਬਾਨ ਆਏ ਹੈਗੇ ਆ ਉਹਨਾਂ ਨੂੰ ਮੋੜੇ ਸੁਣਨ ਲਾ ਦੀਏ ਤੇ ਬੱਚਿਆਂ ਨੂੰ ਬੋਲਣ ਲਾ ਦੀਏ ਉਹ ਸਾਰਾ ਟਾਈਮ ਹੀ ਖਰਾਬ ਹੁੰਦਾ ਹੈਗਾ ਜਿੰਨਾ ਅਸੀਂ ਅਸੀਂ ਪੈਸਾ ਖਰਾਬ ਕਰਦੇ ਆ એનર્ਜੀ ਲਾਉਣੀ ਹੈਗੇ ਆ ਅਸੀਂ ਚਾਹੁੰਦੇ ਹੁੰਨੇ ਆ ਵੀ ਉਸ ਦਿਨ ਜਿਹੜੇ ਪ੍ਰੋਫੈਸਰ ਸਹਿਬਾਨ ਵੀ ਸੀ ਜਿੰਨੇ ਵੀ ਬੰਦੇ ਹੋਣੇ ਚੰਗੇ ਵਿਦਵਾਨ ਬੋਲਣ ਭਾਵੇਂ ਕਾਰਨ ਬੱਚਿਆਂ ਦੇ ਲਈ ਕੰਮ ਆਲਟੀਮੋਲਟੀ ਬੱਚਿਆਂ ਦੇ ਲਈ ਕੰਮ ਤੇ ਆਉਣਾ ਹੈਗਾ ਵਾ ਪਰ ਉਹਦੋਂ ਦਿਨਾਂ 'ਚ ਇਹ ਸਿੱਖਿਆ ਜ਼ਰੂਰ ਹੋਣੀ ਹੈ ਵੀ ਛੋਟੇ ਬੱਚੇ ਨਾ ਔਣ ਥੋੜੀ ਡਿਸਟਰਬੈਂਸ ਕ੍ਰੀਏਟ ਕਰਦੇ ਹੈਗੇ ਇਸ ਕਰਕੇ ਚਾਹੁੰਦੇ ਵੱਡੇ ਵਿਦਵਾਨ ਇਹ ਦਨਾਉਣਗੇ ਇਹ ਗੱਲ ਬਹੁਤ ਮਤਲਬ ਸਮਝ ਵੀ ਆਂਦੀ ਹੈ ਕਿ ਜਿੱਥੇ ਤੁਹਾਡਾ ਰਿਸਰਚ ਦਾ ਕੰਮ ਹੁੰਦਾ ਹੈ ਜਿੱਥੇ ਖਾਸ ਤੌਰ ਦੇ ਉੱਤੇ ਅ ਐਸਸੀ ਐਸੇ ਤੁਸੀਂ ਅਸੂਲ ਔਰ ਜ਼ਾਬਤੇ ਬਣਾਨੇ ਹੁੰਦੇ ਨੇ ਉੱਥੇ ਬੱਚਿਆਂ ਦਾ ਕੰਮ ਨਹੀਂ ਹੁੰਦਾ ਬੱਚਿਆਂ ਵਾਸਤੇ ਕੰਮ ਹੁੰਦਾ ਹੈ ਬਟ ਬੱਚਿਆਂ ਦਾ ਕੰਮ ਨਹੀਂ ਹੁੰਦਾ ਬਿਲਕੁਲ ਸਹੀ ਹੈ ਜੀ ਤੇ ਹੁਣ ਲੋਕੀ ਥੋੜਾ ਜਿਨਾ ਜਾਨਣਾ ਚਾਹਣਗੇ ਕਿ ਸਾਡੇ ਚੀਫ ਗੈਸਟ ਕੌਣ ਆਣਗੇ ਔਰ ਉਹਦੇ ਨਾਲ ਨਾਲ ਸਾਡੇ ਸਪੀਕਰ ਕੌਣ ਨੇ ਤਾਂ ਕਿ ਸਾਡੇ ਦਰਸ਼ਕਾਂ ਨੂੰ ਜੋ ਕੋਈ ਪਸੰਦ ਹੈ ਉਹ ਉਹਦੇ ਵਾਸਤੇ ਆਪਣਾ ਟਾਈਮ ਰੱਖ ਲੈਣ ਕੋਈ ਖਾਸ ਯਾਨੀ ਤੁਸੀਂ ਦੱਸੋ ਪਹਿਲੇ ਦਿਨ ਕਿੰਨੇ ਹੋਣਗੇ ਦੂਸਰੇ ਦਿਨ ਕੌਣ ਹੋਏਗਾ ਕਿਸ ਵੇਲੇ ਕੋਈ ਆ ਸਕਦਾ ਹੈ ਇੱਕ ਜਿਹੜਾ ਸ਼ੁਰੂਆਤੀ ਸੈਸ਼ਨ ਹੁੰਦਾ ਹੈਗਾ ਜੀ ਜੋ ਸਟਾਰਟਿੰਗ ਹੋਣੀ ਆ ਉਦੋਂ ਪੋਲੀਟੀਸ਼ਨ ਵੀ ਆਉਣੇ ਹੁੰਦੇ ਹੈਗੇ ਆ ਭਾਵੇਂ ਕਿਸੇ ਵੀ ਪਾਰਟੀ ਦਾ ਫੇਰ ਵੀ ਸਾਡਾ ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧ ਨਹੀਂ ਹੁੰਦਾ ਪਰ ਇਸ ਵਾਰ ਜਿਹੜਾ ਅਸੀਂ ਚੀਫ ਗੈਸਟ ਰੱਖਿਆ ਗਿਆ ਹੈਗਾ ਉਹਦੇ ਲਈ ਡਾਕਟਰ ਇੰਦਰ ਵੀਰ ਸਿੰਘ ਜੀ ਨੱਜਰ ਸਾਹਿਬ ਆ ਜਿਹੜੇ ਇਸ ਵੇਲੇ ਐਮ ਐਲ ਏ ਆ ਪੁਰਾਣੇ ਉਹ ਕੈਬਨਟ ਮਨਿਸਟਰ ਰਹੇ ਹੈਗੇ ਆ ਤੇ ਐਸੇ ਚੀਫ ਖਾਲਸਾ ਦਵਾਨ ਅੰਮ੍ਰਿਤਸਰ ਦੇ ਉਹ ਪ੍ਰਧਾਨ ਸਾਹਿਬ ਹੈਗੇ ਆ ਤੇ ਉਹਨਾਂ ਕੋਲੇ ਸਮਝੋ ਵੀ 50 ਇੰਸਟੀਚੂਟ ਆ 50 ਸਕੂਲ ਆ ਜਿਨ੍ਹਾਂ ਨੂੰ ਉਹ ਰਨ ਕਰ ਰਹੇ ਹੈਗੇ ਆ ਤਕਰੀਬਨ 45000 ਦੇ ਲੱਗੇ ਉਹਨਾਂ ਕੋ ਬੱਚਾ ਪੜਦਾ ਹੈਗਾ ਸਾਡਾ ਮਕਸਦ ਹੈਗਾ ਵੀ ਜੋ ਅਸੀਂ ਇੱਥੇ ਮਤੇ ਪਾਸ ਕਰਾਂਗੇ ਇਹਨਾਂ ਬੰਦਿਆਂ ਦੇ ਮੂਰੇ ਰੱਖਾਂਗੇ ਇਹ ਗਾਉ ਨੂੰ ਮਨਵਾਉਣ ਦੀ ਵੀ ਕੋਸ਼ਿਸ਼ ਕਰਨਗੇ ਇਹ ਸਾਡੇ ਚੀਫ ਗੈਸਟ ਹੋਣਗੇ ਸਪੈਸ਼ਲ ਮਹਿਮਾਨ ਸਾਡੇ ਡਿਪਟੀ ਮੇਅਰ ਸਾਹਿਬ ਸਰ ਹਰਕੀਰਤ ਸਿੰਘ ਜੀ ਇਹ ਇਹ ਹੋਣਗੇ ਤੇ ਸਾਡੇ ਕੀਨੋਟ ਸਪੀਕਰ ਜਿਨ੍ਹਾਂ ਸਾਰਾ ਕਾਨਫਰੰਸ ਦਾ ਨਿਚੋੜ ਦੱਸਣਾ ਹੁੰਦਾ ਹੈਗਾ ਉਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਾਹਿਬ ਡਾਕਟਰ ਮੈਲ ਸਿੰਘ ਜੀ ਹੋਣਗੇ ਠੀਕ ਹੈ ਔਰ ਤੁਹਾਡੇ ਮਹਿਮਾਨ ਕਿੱਥੋਂ-ਕਿੱਥੋਂ ਆ ਰਹੇ ਨੇ ਔਰ ਉਹਨਾਂ ਦਾ ਥੋੜਾ ਜਿਨਾ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੌਣ-ਕੌਣ ਨੇ ਤਾਂ ਕਿ ਥੋੜੀ ਜਿਨੀ ਐਕਸਾਈਟਮੈਂਟ ਉਹਨਾਂ ਦੀ ਹੋਏ ਕਿ ਉਹ ਕਿਹੜੇ ਲੋਕ ਜਿਹੜੇ ਨੇ ਉਹ ਆ ਕੇ ਤੇ ਪੇਪਰ ਪੜਨ ਵਾਲੇ ਨੇ ਸਾਰੇ ਦੇਸ਼ਾਂ ਤੋਂ ਆ ਰਹੇ ਹੈਗੇ ਆ ਅਮਰੀਕਾ ਤੋਂ ਵੀ ਆ ਰਹੇ ਹੈਗੇ ਆ ਇੰਗਲੈਂਡ ਤੋਂ ਵੀ ਆ ਰਹੇ ਆ ਕੁਲਵੰਦਰ ਸਿੰਘ ਰਾਏ ਨਾਲ ਮੇਰੀ ਅੱਜ ਅਮਰੀਕਾ ਦਾ ਗੱਲ ਹੋਈ ਹੈਗੀ ਆ ਤੇ ਇੰਡੀਆ ਤੋਂ ਵੀ ਆ ਰਹੇ ਹੈਗੇ ਆ ਸਭ ਤੋਂ ਵੱਡੇ ਇੱਕ ਸਪੀਕਰ ਹੈਗੇ ਆ ਸਾਰਾ ਆਸਾ ਸਿੰਘ ਜੀ ਘੁੰਮਣ ਸਾਹਿਬ ਉਹ ਆ ਰਹੇ ਆ ਸੁਖਵਿੰਦਰ ਸਿੰਘ ਜੀ ਫੁੱਲ ਜਿਹੜੇ ਅਜੀਤ ਅਖਬਾਰ ਦੇ ਇਹ ਪਟਿਆਲਾ ਦੇ ਪ੍ਰਤੀਨਿਧ ਹੈਗੇ ਆ ਨਾਬਾ ਦੇ ਵੀ ਨਾਲ ਹੈਗੇ ਆ ਉਹ ਸੁਖਵਿੰਦਰ ਸਿੰਘ ਜੀ ਆ ਰਹੇ ਆ ਸਰਬਜੀਤ ਸਿੰਘ ਜੀ ਮਾਨ ਸਾਹਿਬ ਟੈਕਨੀਕਲ ਯੂਨੀਵਰਸਿਟੀ ਤੋਂ ਆ ਰਹੇ ਹੈਗੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆ ਰਹੇ तकरीबन ਸਾਡੇ ਕੋਲ ਸਾਰੇ ਹੀ ਖਾਸੇ ਬੰਦੇ ਆਉਣਗੇ ਪਹਿਲਾਂ ਤੇ ਇਹ ਸਮਝੋ ਬਹੁਤ ਸਾਰੇ ਬੰਦੇ ਪਹਿਲਾਂ ਇੱਥੇ ਆਏ ਵੀ ਹੋਏ ਹੈਗੇ ਆ ਸਰ ਜੋਗਾ ਸਿੰਘ ਜੀ ਹੁਣਾ ਵੱਡਾ ਵਿਦਵਾਨ ਜਿਹਨਾਂ ਨੇ ਪੰਜਾਬੀ ਲਈ ਬਹੁਤ ਕੰਮ ਕੀਤਾ ਹੈਗਾ ਉਹਨਾਂ ਨਾਲ ਮੇਰੀ ਗੱਲ ਹੋ ਚੁੱਕੀ ਹੈ ਉਹ ਆ ਚੁੱਕੇ ਹੈਗੇ ਆ ਉਹ 7 ਤਰੀਕ ਨੂੰ ਬੋਲਣਗੇ ਤੇ ਪਹਿਲੇ ਦਿਨ 5 ਤਰੀਕ ਨੂੰ ਸਰ ਮਹਿਲ ਸਿੰਘ ਜੀ ਉਹ ਆਪਣਾ ਕੀਨੋਟ ਜਿਹੜਾ ਸਪੀਚ ਹੈਗੀ ਆ ਉਹ ਆਪਣੀ ਉਹ ਦੇਣਗੇ ਵਿਚਕਾਰਲੇ ਦਿਨ ਚ ਸਾਰੇ ਹੀ ਪੇਪਰ ਅਸੀਂ ਪੜਾਂ ਪਹਿਲੇ ਦਿਨ ਓਪਨਿੰਗ ਹੋਊਗੀ ਅਖੀਲੇ ਦਿਨ ਕਲੋਜ਼ਿੰਗ ਹੋਣੀ ਆ ਵਿਚਕਾਰਲੇ ਦਿਨ ਅਸੀਂ ਸਾਰਾ ਹੀ ਪੇਪਰਾਂ ਦਾ ਰੱਖਿਆ ਹੈਗਾ ਉਦੋਂ ਨਾ ਕੋਈ ਪੋਲੀਟਿਕਲ ਨਾ ਕੋਈ ਧਾਰਮਿਕ ਤਾਂ ਵਿਚਾਰ ਪਹਿਲਾਂ ਨਹੀਂ ਰੱਖਦਾ ਕੋਈ ਨਾ ਕੋਈ ਪੋਲੀਟਿਕਲ ਉਦੋਂ ਨਹੀਂ ਹੋਗਾ ਸੈਟਰਡੇ ਨੂੰ ਇਕੱਲੇ ਤਾਂ ਇਕੱਲੇ ਸਿਰ ਪੇਪਰ ਪੜੇ ਜਾਣਗੇ ਪੜਨ ਦਾ ਮਤਲਬ ਮੇਰਾ ਇਹ ਨਹੀਂ ਕਿ ਉਹ ਕਿਤਾਬ ਹੋ ਕੇ ਪੜਨਗੇ ਉਹ ਅਸੀਂ ਪਹਿਲਾਂ ਬੈਨ ਕਰ ਦਿੰਨੇ ਨੇ ਪਾਈ ਆਪਣੇ ਮਿੰਟ ਦੇ ਆਪਣੇ ਵਿਊ ਦੇ ਦਿਓ ਤੁਸੀਂ ਉਹ ਬੋਲਣਗੇ ਦੱਸਣਗੇ ਯੋਨ ਰਿਸਰਚ ਵਰਕ ਕਿੱਤਾ ਹੈ ਤੁਸੀਂ ਕਿਸੇ ਵਿਸ਼ੇ ਦੇ ਉੱਤੇ ਉਹਦੇ ਨੂੰ ਆ ਕੇ ਤੁਸੀਂ ਡਿਸਕਸ ਕਰੋ ਪੰਜਾਬੀ ਦੇ ਬਾਰੇ ਵਿੱਚ ਡਿਸਕਸ ਕਰੋ ਤੁਸੀਂ اخਲਾਕiyat ਦੇ ਬਾਰੇ ਵਿੱਚ ਗੁਫ਼ਤਗੂ ਕਰੋ ਹੀਰੋਜ਼ ਦੇ ਬਾਰੇ ਵਿੱਚ ਗੁਫ਼ਤਗੂ ਕਰੋ ਕੁਸੀਂ ਨੋਰ ਕਾਇਦਾ ਹੈ ਨੋਰ ਲਿਖਿਆ ਪੰਜਾਬੀ ਅੱਗੇ ਕਿਸ ਤਰ੍ਹਾਂ ਜਾ ਸਕਦੀ ਹੈ ਜਾਂ ਰੁਕ ਸਕਦੀ ਹੈ ਇਸ ਤਰ੍ਹਾਂ ਦੀ ਗੁਫ਼ਤਗੋ ਮੇਰਾ ਹੈ ਜੇ ਤੁਹਾਡੀ ਗੱਲ ਸਹੀ ਹੈਗੀ ਆ ਪਰ ਮੈਂ ਤੁਹਾਨੂੰ ਦੱਸਦਾ ਸਾਡਾ ਸਪੈਸੀਫਿਕ ਹੁੰਦਾ ਵੀ ਉਸੇ ਜਿਹੜਾ ਟਾਰਗੇਟ ਰੱਖਿਆ ਸੀ ਉਸ ਤੋਂ ਵੱਧ ਅਜੇ ਤੱਕ ਸਪੀਕਰ ਨੂੰ ਕਦੀ ਬੋਲਣ ਬੇਨਤੀ ਕਰਦੇ ਨਾ ਬੋਲੋ ਤਾਂ ਅਜੇ ਤੱਕ ਬੋਲਿਆ ਵੀ ਕੋਈ ਨਹੀਂਗਾ ਐਦਕੀ ਜਿਹੜੇ ਵੀ ਸਪੀਕਰ ਬੋਲਣਗੇ ਸਾਹਨੇ ਕੋ ਜਿਨ੍ਹਾਂ ਦੇ ਪੇਪਰ ਆ ਚੁੱਕੇ ਹੈਗੇ ਆ ਬਾੜੀਆਂ ਦਾ ਕਾਨਫਰੰਸ ਆਉਂਦਿਆਂ ਉਹਨਾਂ ਕੋ ਨੂੰ ਕਦੀ ਪੇਪਰ ਆਇਆ ਵੀ ਨਹੀਂ ਹੁੰਦਾ ਉਹਨਾਂ ਆਮ ਸੁਧਾਰਨ ਜੇ ਫੰਕਸ਼ਨ ਨਹੀਂ ਵਰਲਡ ਪੰਜਾਬੀ ਕਾਨਫਰੰਸ ਕਹਿ ਕੇ ਖੁਸ਼ ਹੋਣਾ ਹੋਣਾ ਹੁੰਦਾ ਹੈਗਾ ਇਸ ਵੇਲੇ ਸਾਡੇ ਕੋਲ ਬੱਚੀ 32 32 ਪੇਪਰ ਐ ਐਬਸਟ੍ਰੈਕਟ ਲੋਕਾਂ ਦੇ ਪਹੁੰਚ ਚੁੱਕੇ ਹੈਗੇ ਆ ਉਹ ਜਿੰਨੇ ਪੇਪਰ ਹੈਗੇ ਆ ਸਾਰੇ ਹੀ ਪੰਜਾਬੀ ਭਾਸ਼ਾ ਦੇ ਫਿਊਚਰ ਬਾਰੇ ਵਿਖ ਬਾਰੇ ਤੇ ਜਾਂ ਪੰਜਾਬੀ ਹੀਰੋ ਬਾਰੇ ਪਹੁੰਚ ਚੁੱਕੇ ਹੈਗੇ ਆ ਤੇ ਜਿਹੜੀ ਮੈਂ ਗੱਲ ਉਹ ਤੁਸੀਂ ਸ਼ੁਰੂ ਕੀਤੀ ਸੀ ਮੈਂ ਥੋੜੀ ਜਿਹਾ ਚਾਹਨਾ ਪੂਰੀ ਵੀ ਕਰ ਦਵਾ ਰਜਿੰਦਰ ਸਿੰਘ ਬਰਾੜਾ ਜੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਜਦੋਂ ਉਹਨਾਂ ਦਾ ਪੇਪਰ ਆਇਆ ਤਾਂ ਮੈਂ ਥੋੜਾ ਜਿਆਦਾ ਇਨਾਂ ਦਾ ਹੈਗਾ ਮੇਕੋ ਆਂਦੇ ਮੈਂ ਪੜ ਵੀ ਲੈਣਾ ਥੋੜਾ ਜਾਂ ਉਹ ਕਹਿੰਦੇ ਜੀ ਕਰਤਾਰ ਪਹਿਲਵਾਨ ਇੱਕ ਗੋਰੇ ਦੇ ਨਾਲ ਕੋਸੀ ਲੜ ਰਿਹਾ ਸੀਗਾ ਤੇ ਉਹਦੇ ਜਵਾੜੇ ਦਾ ਟੁੱਟ ਗਿਆ ਜਵਾੜਾ ਦੇ ਛੱਟ ਵੱਜੀ ਬਹੁਤ ਜ਼ਿਆਦੀ ਵੱਜੀ ਫੋ ਕੋ ਕੋੜ ਨਹੀਂ ਹੋ ਰਿਹਾ ਸੀਗਾ ਜਦੋਂ ਜੋ ਰਿਸੈਸ ਹੋਈ ਹੈਗੀ ਆ ਤੇ ਉਹਦਾ ਭਰਾ ਆ ਕਹਿੰਦਾ ਮੇਕੋ ਕੋੜ ਨਹੀਂ ਹੋ ਰਿਹਾ ਵੀ ਮੈਂ ਕਿਉਂਕਿ ਮੇਰਾ ਜਵਾੜੇ ਤੇ ਛੱਟ ਵੱਜ ਚੁੱਕੀ ਹੈ ਮੈਂ ਹੁਣ ਕੋੜਨ ਜੋਗਾ ਨਹੀਂਗਾ ਫ੍ਰੈਕਚਰ ਹੋ ਗਿਆ ਸੀਗਾ ਤੇ ਉਹਦਾ ਭਰਾ ਉਹਨੂੰ ਉਹਦਾ ਭਰਾ ਹੀ ਕੋਚ ਸੀਗਾ ਤੇ ਭਰਾ ਉਹਨੂੰ ਕਹਿੰਦਾ ਵੀ ਤੂੰ ਉਸ ਚੇਤੇ ਕਰ ਤੂੰ ਬਾਬਾ ਦੀਪਸੋ ਦੀ ਵੰਸ਼ ਵਿੱਚੋਂ ਆ ਵਿਦੀ ਚੰਦ ਸਾਡਾ ਪਿੰਡੂ ਸੀਗਾ ਤੇ ਬਾਬਾ ਦੀਪ ਸਿੰਘ ਸਾਡੇ ਪਿੰਡੂ ਸੀਗੇ ਜਿਨ੍ਹਾਂ ਨੇ ਸਿਰ ਟੜੀ ਤੇ ਹੱਥ ਤਾਂ ਰੱਖ ਗਏ ਉਦੋਂ ਦੁਸ਼ਮਣਾਂ ਨਾਲ ਲੜੇ ਸੀ ਤੈਨੂੰ ਕੀ ਹੋਇਆ ਹੈਗਾ ਉਹ ਉਹਦੇ ਗਿਆ ਜਾ ਕੇ ਉਹਨੇ ਢਾ ਲਿਆ ਭਾਵ ਕੇ ਜਿਉਂ ਪੁਰਾਣੀ ਹੀਰੋਆਂ ਦੀ ਗੱਲਾਂ ਕਰਦੇ ਆ ਨਾ ਜੀ ਸਾਨੂੰ ਚੰਗਾ ਲੱਗਦਾ ਸਾਨੂੰ ਜੋਸ਼ ਵੀ ਆਉਂਦਾ ਹੈਗਾ ਜਿਹਦੇ ਨਾਲ گا ਅਸੀਂ ਉਹਨਾਂ ਨੂੰ ਉਤਸ਼ਾਹ ਮਿਲਦਾ ਤਾਂ ਅਸੀਂ ਵਧੀਆ ਚੰਗੇ ਕੰਮ ਵੀ ਕਰਦੇ ਆ ਮੈਨੂੰ ਚੰਗਾ ਲੱਗਾ ਜੀ ਬਹੁਤ ਜ਼ਿਆਦਾ ਚੰਗਾ ਲੱਗਾ ਉਹ ਰਜਿੰਦਰਪਾਲ ਸਿੰਘ ਬੜਾੜ ਉਹਨਾਂ ਦੀ ਕਹਾਣੀ ਚੰਗੀ ਸੁਣ ਕੇ ਦਰਸ਼ਕੋ ਅਸੀਂ ਜੋੜਨੇ ਆ ਖਾਸ ਤੌਰ ਤੇ ਇਸ ਪੰਜਾਬੀ ਕਾਨਫਰੰਸ ਦੇ थ्रू ਲੋਕਾਂ ਨੂੰ ਆਪਸ ਵਿੱਚ ਇਹਦੇ ਵਿੱਚ ਤੁਸੀਂ ਬਹੁਤ ਸਾਰੇ ਐਸੇ ਲੋਕਾਂ ਨੂੰ ਮਿਲਦੇ ਹੋ ਜਿਹੜਾ ਪੰਜਾਬੀ ਦਾ ਬਹੁਤ ਕੰਮ ਕਰ ਰਹੇ ਹੁੰਦੇ ਨੇ ਖਾਸ ਤੌਰ ਤੇ ਜਿਵੇਂ ਹੁਣ ਚੱਟਾ ਸਾਹਿਬ ਨੇ ਦੱਸਿਆ ਕਿ ਜਿਹੜੇ ਪੇਪਰ ਪੜੇ ਜਾਂਦੇ ਨੇ ਇੱਥੇ ਕਮੇਟੀ ਹੈ ਜਿਹੜੀ ਉਹਦਾ ਸਟੈਂਡਰਡ ਚੈੱਕ ਕਰਦੀ ਏ ਉਹਨਾਂ ਨੂੰ ਪਾਸ ਕਰ ਦਈਏ ਉਸ ਤੋਂ ਬਾਅਦ ਉਹ ਪੇਪਰ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਯਾਨੀ ਕਿ ਇਹ ਫੁੱਲੀ ਆਰਗੇਨਾਈਜ਼ਡ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਹੁਣ ਚਟਾ ਸਾਹਿਬ ਥੋੜਾ ਜਿੰਨਾ ਪੰਜਾਬੀ ਕਾਨਫਰੰਸ ਵੱਲ ਵਾਪਸ ਆਣੇ ਆ ਇਹਦੇ ਵਿੱਚ ਕਿਸੇ ਖਾਸ ਦਾਵਤ ਨਾਮੇ ਦੀ ਜ਼ਰੂਰਤ ਹੈ ਜਾਂ ਓਪਨ ਪਬਲਿਕ ਆ ਸਕਦੀ ਹੈ ਜਿਸ ਵੇਲੇ ਮਰਜ਼ੀ ਆ ਸਕਦੀ ਹੈ ਜਿਹੜਾ ਉਹਨਾਂ ਨੂੰ ਵਕਤ ਮੁਨਾਸਬ ਲੱਗੇ ਜਿਹਨੂੰ ਜਿਹੜੇ ਸਪੀਕਰ ਨੂੰ ਸੁਣਨਾ ਚਾਹਨ ਉਹ ਆ ਸਕਦੇ ਨੇ ਬਿਲਕੁਲ ਆ ਸਕਦੇ ਆ ਜੀ ਬੈਟਰ ਇਹ ਹੁੰਦਾ ਹੈਗਾ ਕਿਉਂਕਿ ਪਿਛਲੀਆਂ ਕਾਨਫਰੰਸਾਂ ਦੇਖਿਆ ਸਾਡੇ ਥੋੜਾ ਜਿਹਾ ਰਸ਼ੇ ਜਿਆਦਾ ਹੋ ਜਾਂਦਾ ਹੈਗਾ ਇਸ ਕਰਕੇ ਮੈਂ ਚਾਹਣਾ ਜੇ ਪਹਿਲਾਂ ਤੁਸੀਂ ਆਪਣੀ ਸੀਟ ਰਿਜ਼ਰਵ ਕਰਾ ਲਓ ਰਜਿਸਟ੍ਰੇਸ਼ਨ ਕਰਾ ਲਓ ਤੇ ਤੁਹਾਨੂੰ ਸੌਖਾ ਰਹੂਗਾ ਵੀ ਤੁਸੀਂ ਉੱਥੇ ਆ ਸਕੋਗੇ ਵੈਸੇ ਜਦੋਂ ਦੀ ਮਰਜ਼ੀ ਆਉਣਾ ਹੋਵੇ ਆ ਵੀ ਸਕਦੇ ਹੋ ਜੇ ਜਾਣਾ ਚਾਹਵੇ ਜਾ ਵੀ ਸਕਦੇ ਹੋ ਸਾਡੇ ਜਾਣ ਲਈ ਸਭ ਕੋਈ ਹੁੰਦਾ ਹੈਗਾ ਪਹਿਲੇ ਦੱਸ ਕੇ ਨਾ ਜਾਈਓ ਜੀ ਮੈਨੂੰ ਆਹ ਕੰਮ ਪੈ ਗਿਆ ਮੈਂ ਮੈਨੂੰ ਅਪਾਇੰਟਮੈਂਟ ਪੈ ਗਈ ਅਸੀਂ ਮੈਂ ਕਹਾਂ ਸਮਝ ਲਾਂਗੇ ਤੁਹਾਨੂੰ ਜ਼ਰੂਰੀ ਕੰਮ ਪੈ ਗਿਆ ਦੱਸੇ ਤੋਂ ਬਿਨਾਂ ਚਲੇ ਜਾਓ ਤੁਸੀਂ ਲੋਕਾਂ ਨੂੰ ਡਿਸਟਰਬ ਨਹੀਂ ਕਰਦੇ ਜਦੋਂ ਆਉਣ ਲੱਗੇ ਨਾ ਤੇ ਆਉਣ ਲੱਗੇ ਹੱਥ ਮੜਾਉਤ ਸਸੀ ਗੱਲ ਕਰੋ ਕੁਝ ਤੇ ਨਾ ਹੀ ਜਾਣ ਲੱਗੇ ਕਰੋ ਉਸ ਕਿਉਂਕਿ ਤੁਹਾਡਾ ਨਿਕਾਜ ਆ ਇਸ਼ਾਰਾ ਵੀ ਜਿਹੜਾ ਸਪੀਕਰ ਬੋਲ ਰਿਹਾ ਹੁੰਦਾ ਉਹਨੂੰ ਡਿਸਟਰਬ ਕਰਦਾ ਹੈਗਾ ਸਾਡਾ ਸਿਰਫ ਇੰਨਾ ਹੀ ਹੁੰਦਾ ਜੇ ਮੈਡਮ ਅਸੀਂ ਤੇ ਲਿਖਤੀ ਊਸੂਲ ਇਹ ਨਾਮ ਬਣਾਏ ਹੁੰਦੇ ਅਸੀਂ ਖੁਦ ਜਿਹੜੇ ਬਣਾਏ ਲੋਕਾਂ ਲਈ ਨਹੀਂ ਆਪਦੇ ਲਈ ਵੀ ਆ ਸਾਡੇ ਐਮਸੀ ਲਈ ਵੀ ਊਸੂਲ ਆ ਸਾਡੇ ਸਰੋਤਿਆਂ ਲਈ ਵੀ ਊਸੂਲ ਆ ਸਾਡੇ ਸਾਡੇ ਦਾ ਸਪੀਕਰ ਉਹਦੇ ਲਈ ਵੀ ਊਸੂਲ ਹੈਗਾ ਉਹਨਾਂ ਊਸੂਲ ਲਿਖੇ ਸਬੂਤਾ ਕਰਕੇ ਹੀ ਅੱਜ ਤੱਕ ਸ਼ਾਂਤੀ ਨਾਲ ਚੱਲੀ ਜਾਂਦਾ ਮੈਂ ਤੁਹਾਨੂੰ ਇੱਕ ਗੱਲ ਮੈਂ ਅੱਜ ਤੱਕ ਕਹਿ ਸਕਦਾ ਸਾਡੀਆਂ 21 ਪਤਾ ਨਹੀਂ 10ਵੀਂ ਚ ਕੀ ਹੋਵੇ ਸਾਡੀਆਂ ਨੌਂਾਂ ਕਾਨਫਰੰਸਾਂ ਦੇ ਵਿੱਚ ਵੀ ਇੱਕ ਵੀ ਟੈਲੀਫੋਨ ਦੀ ਘ ਤੇ ਜਿੰਨੇ ਬਾਹਰ ਜਾ ਕੇ ਮੈਂ ਜਿੰਨਾ ਪਾਕਿਸਤਾਨ ਵੀ ਦੇਖਿਆ ਹੈਗਾ ਵਾ ਇੰਡੀਆ ਵੀ ਦੇਖਿਆ ਕੋਈ ਐ ਕਾਨਫਰੰਸ ਨਹੀਂ ਦੇਖੀ ਜਿੱਥੇ ਘੰਟੀ ਨਾ ਵਜੇ ਤੇ ਆਪ ਲੋਕ ਟੈਲੀਫੋਨ ਨਾ ਕਰਨ ਇਥੇ ਇੰਨਾ ਕਿ ਡਿਸਪਲਿਨ ਜ਼ੂਰ ਹੈਗਾ ਵਾ ਕਦੇ ਟੈਲੀਫੋਨ ਦੀ ਘੰਟੀ ਨਹੀਂ ਬੜੀ ਆਰਾਮ ਨਾਲ ਸ਼ਾਂਤੀ ਨਾਲ ਲੋਕ ਸੁਣਦੇ ਉਹਦਾ ਰਿਜ਼ਲਟ ਵੀ ਚੰਗੇ ਸਾਨੂੰ ਆਏ ਹੈਗੇ ਤੁਸੀਂ ਕਾਨਫਰੰਸ ਕੈਨੇਡਾ ਇ ਸ਼ੁਰੂ ਕੀਤੀ ਇਸ ਸਾਲ ਤੁਹਾਡੀ ਬਹੁਤ ਵੱਡੀ ਕਾਮਯਾਬੀ ਕਾਨਫਰੰਸ ਦੀ ਜਿਹੜੀ Delhi ਵਿੱਚ ਹੋਈ ਯਾਨੀ Delhi ਵਿੱਚ ਜਿਹੜੀ ਤੁਸੀਂ ਕਾਨਫਰੰਸ ਕੀਤੀ ਉਹ ਬਹੁਤ ਕਾਮਯਾਬ ਰਹੀ ਉਦੇ ਬਾਰੇ ਸਾਡੇ ਦਰਸ਼ਕਾਂ ਨੂੰ ਸਾਡੇ ਸਨੋਤਿਆਂ ਨੂੰ ਕੁਝ ਦੱਸੋ ਮੈਨੂੰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਆ ਉਹ ਧੀਰੇ ਸ਼ਰਮਾ ਜੀ ਆਈਐਮ ਦੇ ਡਾਇਰੈਕਟਰ ਸਾਹਿਬ ਇੱਥੇ ਮੈਨੂੰ ਗੋਰਾ ਸਾਹਿਬ ਦੇ ਨਾਲ ਹੀ ਕੈਨੇਡਾ 'ਚ ਮਿਲੇ ਸੀਗੇ ਜਦੋਂ ਪਹਿਲੀ ਵਾਰ ਮਿਲੇ ਤੇ ਉਹਨਾਂ ਨੂੰ ਮੈਂ ਕਿਹਾ ਜੀ ਤੁਸੀਂ ਫਿਰ 5 ਮਿੰਟ ਨਹੀਂ ਬੋਲਣਾ ਹੱਥ ਬਣਾਉਣ ਤੋਂ ਮੈਂ ਕਿਹਾ 5 ਮਿੰਟ ਨਾ ਬੋਲੀਓ ਉਹਨਾਂ ਸਭ ਤੋਂ ਪਹਿਲਾਂ ਆਪਣੀ ਟੀਚਰ ਮੂਵੀ ਦਿਖਾ ਲਈ اخلاق ਵਾਲੀ ਗੱਲ ਦਿਖਾ ਲਈ ਤੇ ਮੈਂ ਉਹਨਾਂ ਨੂੰ ਮੁੜ ਕੇ ਬੇਨਤੀ ਕੀਤੀ ਵੀ ਮੈਂ ਚਾਹਨਾ ਹੈਗਾ ਵੀ ਆਪਾਂ ਇੰਡੀਆ ਦੇ ਵਿੱਚ ਇੱਕ ਕਾਨਫਰੰਸ ਕਰੀਏ ਕਹਿੰਦੇ ਡਨ ਮੈਂ ਇਨਾ ਫਾਸਟ ਬੰਦਾ ਐਡਾ ਕੁਇਕ ਡਿਸੀਜਨ ਮੈਂ ਨਹੀਂ ਕਦੀ ਦੇਖਿਆ ਹੋਣਾ ਜਿਨ੍ਹਾਂ ਨੇ ਉਸੇ ਵੇਲੇ ਗੱਲ ਕਹਿ ਕੇ ਹਾਂ ਕਰਤੀ ਮੁੜ ਕੇ ਬਾਅਦ ਵਿੱਚ ਮਨਜ਼ੂਰੀਆਂ ਲਈਆਂ ਕਿ ਕੋਈ ਨਾ ਮਨਜ਼ੂਰ ਬਾਅਦ ਵਿੱਚ ਮੈਂ ਹੀ ਕਰਨਾ ਮੈਂ ਹੀਟਾ ਕੋ ਕਰਵਾ ਲਵਾਂ ਉਤੋਂ ਸ਼ੁਰੂ ਕਰਵਾ ਕੇ ਪ੍ਰੋਪਰ ਪ੍ਰੋਸੀਜਰ ਅਡਾਪਟ ਕਰਕੇ 25 ਤੇ 26 ਫਰਵਰੀ ਨੂੰ ਜਿਹੜੀ ਦਿੱਲੀ ਦੇ ਵਿੱਚ ਕਾਨਫਰੰਸ ਹੋਈ ਹੈਗੀ ਆ ਉਸ ਬਜਟ ਦੀ ਕਾਨਫਰੰਸ ਮੈਂ ਨਹੀਂ ਕਦੀ ਦੇਖੀ ਸਭ ਤੋਂ ਵੱਡੀ ਵੱਡਾ ਆਡੀਟੋਰੀਅਮ ਇੰਨੇ ਵੱਡੇ ਮਹਿੰਗੇ ਜਗ੍ਹਾ ਦੇ ਉੱਪਰ ਉਸ ਸਿਰਫ 에어ਪੋਰਟ ਤੋਂ ਹੋਊਗਾ ਤੇ ਉਹ ਤੋਂ 10 ਜਾਂ 15 ਕਿਲੋਮੀਟਰ ਦੂਰ ਤੇ ਹੋਊਗਾ ਉਸ ਓਡੇ ਵੱਡੇ ਆਡੀਟੋਰੀਅਮ ਦੇ ਵਿੱਚ ਉਸ ਲੈਵਲ ਦੀ ਕਾਨਫਰੰਸ ਕਦੇ ਵੀ ਨਹੀਂ ਦੇਖੀ ਬਹੁਤ ਵੱਡਾ ਤੇ ਵਧੀਆ ਪ੍ਰੋਗਰਾਮ ਸਾਡੀ ਉਹ ਸਮੈਂ ਸਮਝੋ ਕ੍ਰਿਡਾ ਵਾਲੀਆਂ ਕਾਨਫਰੰਸਾਂ ਕਰਕੇ ਸਾਡੀ ਬੇਨਤੀ ਕੀਤੀ ਕਰਕੇ ਹੀ ਉਹ ਉਹਨਾਂ ਨੇ ਉੱਥੇ ਦਿੱਲੀ ਦੇ ਵਿੱਚ ਐਡੀ ਵੱਡੀ ਕਾਨਫਰੰਸ ਕੈਪੀਟਲ ਦੇ ਵਿੱਚ ਵੱਡੇ ਗੈਸਟਾਂ ਦਾ ਆਉਣਾ ਵੱਡੇ ਮਹਿਮਾਨਾਂ ਦਾ ਆਉਣਾ ਵਧੀਆ ਥਾਂ ਤੇ ਹੋਣਾ ਵੜੀ ਪ੍ਰੋਣਚਾਰੀ ਅਨਬਿਲੀਵेबल ਬਹੁਤ ਜਿਆਦਾ ਵਧੀਆ ਲੱਗਾ ਜੀ ਉਹ ਕਾਨਫਰੰਸ ਦਾ ਜਟਾ ਸਾਹਿਬ ਹੁਣ ਸਾਡੇ ਦਰਸ਼ਕ ਜ਼ਰੂਰ ਸੋਚ ਰਿਆ ਹੋਣਗੇ ਕਿ ਤੁਸੀਂ ਇੰਨੀਆਂ ਸਾਰੀਆਂ ਕਾਨਫਰੰਸਾਂ ਕਰਾਈਆਂ ਨੇ ਔਰ ਬਹੁਤ ਹੀ ਸ਼ਾਨਦਾਰ ਕਿਸਮ ਦੀਆਂ ਤੇ ਤੁਹਾਨੂੰ ਇਹਦੇ ਵਿੱਚ ਕੀ ਲੱਭਦਾ ਹੈ ਇਹਦੀ ਤੁਹਾਨੂੰ ਕੀ ਇਹਨਾਂ 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 ਕੁਝ ਤੁਸੀਂ ਲਾਂਦੇ ਹੋ ਇਹਨੇ ਰਿਸੋਰਸਸ ਆਪਣੇ ਲਾਂਦੇ ਹੋ ਤੇ ਕੀ ਇਹਦਾ ਕੀ ਹਾਸਲ ਹੈ ਮੈਂ 68 ਸਾਲ ਦਾ ਹੋ ਗਿਆ ਉਹਦਾ 67 ਸਾਲ ਦਾ ਹੋ ਜਾਣਾ ਜੇ ਮੈਂ ਨਾ ਕਰਦਾ ਹੁੰਦਾ ਤੇ ਇੰਨਾ ਐਕਟਿਵ ਨਹੀਂ ਹੋਣਾ ਸੀਗਾ ਸਭ ਤੋਂ ਪਹਿਲੀ ਗੱਲ ਹੈਗੀ ਆ ਨਾ ਜੀ ਕਾਨਫਰੰਸਾਂ ਦੇ ਫਾਇਦੇ ਕੀ ਹੁੰਦੇ ਹੈਗੇ ਆ ਜਿਹੜੇ ਮੈਨੂੰ ਪਰਸਨਲੀ ਫਾਇਦਾ ਤੇ ਪੁੱਛਦੇ ਆ ਵੀ ਮੈਂ ਅਜੇ ਤੱਕ ਐਕਟਿਵ ਹੈਗਾ ਦੂਜਾ ਹੈਗਾ ਮੇਰੇ ਸਬੰਧ ਜੇ ਮੈਂ ਕਾਨਫਰੰਸ ਨਾ ਕਰਾਂਦਾ ਹੁੰਦਾ ਤੇ ਧੀਰਜ ਕੁਮਾਰ ਜੀ ਉਹਨਾਂ ਨਾਲ ਜਿੰਨੇ ਵਾਈਸ ਚਾਂਸਰ ਪਾਕਿਸਤਾਨ ਦੇ ਹੈਗੇ ਆ ਇੰਡੀਆ ਦੇ ਹੈਗੇ ਆ ਕਿਸੇ ਵੀ ਕੰਟਰੀ ਦਾ ਬੁੱਧੀਜੀਵੀ ਜਿਹੜਾ ਬੰਦਾ ਹੈਗਾ ਵੱਡੇ ਲੈਵਲ ਦਾ ਬੰਦਾ ਹੈਗਾ ਉਹ ਹਰੇਕ ਮੈਨੂੰ ਜਾਣਨ ਲੱਪਿਆ ਮੇਰੇ ਸਬੰਧ ਉਹਨਾਂ ਬਣ ਗਏ ਸਭ ਤੋਂ ਵੱਡਾ ਮੈਨੂੰ ਇਹੋ ਹੀ ਫਾਇਦਾ ਮੇਰੇ ਆਪਣੇ ਸਬੰਧ ਬਣਿਆ ਗਿਆ ਦੂਜਾ ਮੇਰਾ ਗਿਆਨ ਵਧਿਆ ਗਿਆਨ ਹੈਗਾ ਲੋਕਾਂ ਨਾਲ ਡੀਲ ਕਰਨ ਦਾ ਮੈਨੂੰ ਪਤਾ ਲੱਗਾ ਨਹੀਂ ਪਹਿਲਾਂ ਜਨਾਚ ਨਹੀਂ ਲੋਕਾਂ ਇਹ ਵਿਦਵਾਨ ਲੋਕਾਂ ਨੂੰ ਨਹੀਂ ਮਿਲੇ ਸੀ ਤੁਹਾਨੂੰ ਇੰਨਾ ਗੱਲਾਂ ਦਾ ਬਹੁਤਿਆਂ ਗੱਲਾਂ ਦਾ ਨਹੀਂ ਪਤਾ ਲੱਗਦਾ ਇੱਕ ਵਿਦਵਾਨ ਨੇ ਮੈਨੂੰ ਪਹਿਲੀ ਵਾਰੀ ਆ ਕੇ ਦੱਸਿਆ ਸੀਗਾ ਜਦੋਂ ਕਿਸੇ ਬੰਦੇ ਕੋਲ ਦੀ ਬੈਠੇ ਹੋ ਜਦੋਂ ਉਹ ਬੰਦਾ ਹੋਰ ਕਿਸੇ ਦੀ ਨੁਕਤਾਚੀ ਨਹੀਂ ਕਰੀ ਜਾਂਦਾ ਸਮਝ ਲੋ ਕੋਈ ਉਹ ਘਟੀਆਂ ਬੰਦਾ ਹੈਗਾ ਜਦੋਂ ਕੋਈ ਚੀਜ਼ਾਂ ਦੀ ਜਾਂ ਇਵੈਂਟ ਦੀ ਗੱਲ ਕਰਦਾ ਹੋਵੇ एवरेज ਬੰਦਾ ਹੈਗਾ ਜਿਹੜਾ ਕੋਈ ਸਕੀਮ ਦੀ ਗੱਲ ਕਰਦਾ ਹੋਵੇ ਆਪਾਂ ਆਹ ਕਰਨਾ ਕੋਈ ਪਲਾਨਿੰਗ ਦੀ ਗੱਲ ਕਰਦਾ ਉਹ ਅਬਵ एवरेज ਆ ਇਸੇ ਕਰਕੇ ਮੈਂ ਗੋਰਾ ਸਾਹਿਬ ਨੂੰ ਅਬਵ एवरेज ਕਹਿੰਦਾ ਉਹਨਾਂ ਜਦੋਂ ਵੀ ਅਸੀਂ ਬਹਿਨੇ ਕੋਈ ਨਾ ਕੋਈ ਸਕੀਮ ਦੀ ਗੱਲ ਹੀ ਕਰਦੇ ਆ ਹੁਣ ਅਸੀਂ ਬੈਠੇ ਸੀ ਅੱਜ ਹੀ ਬੈਠੇ ਸੀਗੇ ਅੱਜ ਅਸੀਂ ਅਗਸਤ ਵਾਲੀ ਇਵੈਂਟ ਦੀ ਆ ਜੁਲਾਈ ਦਾ ਹਜੇ ਕਿ ਰਹਿੰਦੇ ਹਜੇ ਪਈ ਤਿੰਨ ਹਫ਼ਤੇ ਰਪਏ ਹੈਗੇ ਆ ਉਦੋਂ ਆ ਅਗਲੇ ਦਿਨ ਫੇਰ ਤੇ ਆਡੀ ਤਿਆਰੀ ਹੈਗੀ ਆ ਹਮੇਸ਼ਾ ਦਾ ਸਕੀਮ ਦੀ ਗੱਲ ਕਰਦੇ ਨਾ ਜੀ ਉਹਨੂੰ ਅਬਵ ਐਵਰੇਜ ਬੰਦੇ ਹੁੰਦੇ ਆ ਇਸੇ ਕਰਕੇ ਮੈਂ ਉਦਾਂ ਨਹੀਂ ਤੁਹਾਨੂੰ ਕਹਿ ਰਿਹਾ ਸਿਫਤ ਕਰ ਰਿਹਾ ਮੈਂ ਤੁਹਾਨੂੰ ਰੀਜ਼ਨ ਵੀ ਦੱਸ ਰਿਹਾ ਉਹ ਅਬਵ ਐਵਰੇਜ ਹੈਗੇ ਆ ਇਹਨਾਂ ਨਾਲ ਸੰਬੰਧ ਹੋਣਾ ਇੱਕ ਚੰਗਾ ਸਿਹਤ ਲਿਖੋਣਾ ਜਿਵੇਂ ਹੁਣ ਕੈਦਾ ਨੂਰ ਕਿੰਨੇ ਚਿਰ ਦਾ ਗੁੰਮ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਪੰਜਾਬੀਆਂ ਨੂੰ ਪੜਾਉਣ ਦੇ ਲਈ ਗੋਰਿਆਂ ਨੇ ਆ ਦੇਖਾ ਕੇ ਖਤਮ ਕਰਤਾ ਉਹ ਦੁਆਰੇ ਉਹਦੀ ਇੱਕ ਕਾਪੀ ਨਹੀਂ ਲੱਭਦੀ ਸਾਰੀ ਸਾੜਤੀ ਦੋਆ ਨੇ ਦੇ ਜਿਹੜਾ ਹਥਿਆਰ ਮੋੜਦਾ ਇਹ ਛੇਆ ਨੇ ਦੇ ਜਿਹੜਾ ਉਹ ਕੈਦਾਨੂਰ ਮੋੜਦਾ ਸੀਗਾ ਉਹ ਕੈਦੇ ਸਾਰੇ ਇਕੱਠੇ ਕਰਕੇ ਉਹਨਾਂ ਦੇ ਸਾੜ ਤੇ ਇੱਕ ਵੀ ਕਾਪੀ ਨਹੀਂ ਮਿਲੀ ਇੰਡੀਆ ਜੀ ਅਸੀਂ ਸਾਡੇ ਜਸਰਦੂਲ ਸਿੰਘ ਥਿਆੜਾ ਜੀ ਨੇ ਆਖਿਆ ਨਾਮ ਵੀ ਅਨਾਉਂਸ ਕੀਤਾ ਵੀ 1 ਲੱਖ ਰੁਪਇਆ ਦੇਾਂਗੇ ਜਿਹੜਾ ਸਾਨੂੰ ਉਸ ਕੈਦੇ ਨੂਰ ਦੀ ਕਾਪੀ ਦਊਗਾ ਕੋਈ ਨਹੀਂ ਲਿਆ ਸਕਿਆ ਸਿਰਫ ਕਿਤਾਬਾਂ ਦਾ ਰੈਫਰੈਂਸ ਹੈਗਾ ਉਸ ਕਿਤਾਬਾਂ ਦੇ ਰੈਫਰੈਂਸ ਦੇ ਹਿਸਾਬ ਦੇ ਨਾਲ ਹੀ ਅਸੀਂ ਉਹ ਕੈਦਾ ਨੂਰ ਦੀ ਇੱਕ ਤਿਆਰ ਵੀ ਕਰ ਲਿਆ ਇਹ 200 ਪੇਜ ਦਾ ਹੈਗਾ ਤੇ ਜਿਹੜਾ ਵੀ ਇਹਨੂੰ ਇਹ ਪੜ੍ਹ ਲਵੇ ਤੇ ਚਾਰ ਪੇਸ਼ਾਵਾਂ ਸਿੱਖ ਲੈਂਦਾ ਹੁਣ ਮੈਨੂੰ ਹਿੰਦੀ ਵੀ ਆਉਂਦੀ ਮੈਨੂੰ ਪੰਜਾਬੀ ਆਉਂਦੀ ਹੈ ਗ੍ਰੈਜੂਏਟ ਮੈਨੂੰ ਸ਼ਾਹਮੁਖੀ ਜਾਂ ਉਰਦੂ ਨਹੀਂ ਆਉਂਦਾ ਸਿਕਾ ਇਹ ਪੜ ਤੋਂ ਬਾਅਦ ਮੈਂ 7 ਦਿਨਾਂ ਦੇ ਵਿੱਚ ਹੀ ਮੈਂ ਜਿੰਨੇ 54 ਅਲਫਾਬੈਟਸ ਹੈਗੇ ਆ ਉਹ ਮੈਂ ਸਾਰੇ ਇਹਨਾਂ ਦੇ ਸਿੱਖ ਗਿਆ ਸਿਕਾ ਜਿਹੜੇ ਅੱਖਰ ਹੈਗੇ ਸ਼ਾਹਮੁਖੀ ਸਾਰੇ ਮੈਂ ਸਿੱਖ ਗਿਆ ਸਿਕਾ ਮੈਂ ਹਜੇ ਇਹਨਾਂ ਤਾਂ ਨਹੀਂ ਮੈਂ ਹੋਇਆ ਵੀ ਉਹਨੂੰ ਲਿਖ ਸਕਾਂ ਜਾਂ ਪੜ ਸਕਾਂ ਪਰ ਮੈਂ ਸਾਰੇ ਅੱਖਰ ਪਾਉਣ ਲੱਗ ਪਿਆ ਹੈਗਾ ਜਦੋਂ ਦੂਜੀ ਦੀ ਭਾਸ਼ਾ ਸਿੱਖਦੇ ਆ ਨਾ ਜੀ ਇਹ ਬੱਚਿਆਂ ਨੂੰ ਫਾਇਦਾ ਹੁੰਦਾ ਜਵਾਨਾਂ ਨੂੰ ਫਾਇਦਾ ਹੁੰਦਾ ਬਜ਼ੁਰਗਾਂ ਨੂੰ ਫਾਇਦਾ ਹੁੰਦਾ ਇਸ ਕਰਕੇ ਕੱਲੀ ਲੈਂਗੁਏਜ ਨਹੀਂ ਸਿੱਖਦੇ ਤੁਸੀਂ ਉਹਨਾਂ ਦਾ ਕਲਚਰ ਵੀ ਸਿੱਖਦੇ ਹੋ ਬੜ ਵੈਸੇ ਵੀ ਕਹਿੰਦੇ ਨੇ ਕਿ ਦਿਮਾਗ ਨੂੰ ਤੁਸੀਂ ਐਕਸਪੈਂਡ ਕਰਨਾ ਹੋਵੇ ਤੇ ਤੁਸੀਂ ਜ਼ਿਆਦਾ ਜ਼ੁਬਾਨਾ ਸਿੱਖੋ ਉਹਦੀ وجہ ਨਾਲ ਤੁਹਾਡਾ ਦਿਮਾਗ ਜਿਹੜਾ ਉਹ ਬਹੁਤ ਸ਼ਾਰਪ ਰਹਿੰਦਾ ਔਰ ਐਕਸਪੈਂਡਡ ਛੋਟਾ ਸਾਹਿਬ ਹੁਣ ਵਾਰੀ ਆਂਦੀ ਏ ਰਾਪਤਾ ਕੰਟੈਕਟ ਕਿਦੇ ਨਾਲ ਕੀਤਾ ਜਾਏ ਤੁਸੀਂ ਕਿਹਾ ਕਿ ਰਜਿਸਟਰ ਕਰਵਾਓ ਤੇ ਕੀ ਕੋਈ ਆਨਲਾਈਨ ਰਜਿਸਟ੍ਰੇਸ਼ਨ ਹੈ ਕੀ ਤਰੀਕਾ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਸ ਤਰ੍ਹਾਂ ਉਹ ਰਾਪਤਾ ਕਰ ਸਕਦੇ ਨੇ ਮੈਂ ਟਰਾਈ ਕਰਦਾ ਮੇਰਾ ਤੇ ਟੈਲੀਫੋਨ ਮੈਨੂੰ ਘਾਟੀ ਕਰ ਘਾਟੀ ਕਰੋ ਕਿਉਂਕਿ ਫੋਨ ਕੇ ਵੇਰੇ ਮੈਨੂੰ ਕੋਈ ਚੱਕ ਨਹੀਂ ਹੁੰਦਾ ਪਰ ਸਾਡੂ ਕੋ ਇੱਕ ਟੈਲੀਫੋਨ ਨੰਬਰ ਆ ਸਾਡੇ ਸੰਤੋਖ ਸਿੰਘ ਸੰਧੂ ਸਾਹ ਆ ਜਿਹੜੇ ਕਿ ਇੰਟਾਰੀਓ ਫਰੈਂਡਸ ਕਲੱਬ ਦੇ ਪ੍ਰਧਾਨ ਵੀ ਆ ਉਹਨਾਂ ਦਾ ਟੈਲੀਫੋਨ ਨੰਬਰ ਵੀ ਬਹੁਤ ਸੌਖਾ ਹੈਗਾ ਵਾ ਤੋਂ 24 ਆਵਰੀ ਜਦੋਂ ਵੀ ਕੋਈ ਮਰਜ਼ੀ ਕਰ ਲੇ ਉਸ ਵੇਲੇ ਚੱਕਦੇ ਆ ਉਹਨਾਂ ਦਾ ਨੰਬਰ ਹੈਗਾ 416 587 ਤੇ 7000 416 5877000 ਇੰਨਾ ਸੌਖਾ ਬਿਨਸ ਦਾ ਨੰਬਰ ਹੈਗਾ ਕਿੰਨੇ ਸਾਲ ਹੋ ਗਏ ਮੈਨੂੰ 24 ਸਾਲ ਹੋ ਗਏ ਉਹਨਾਂ ਨਾਲ ਉਹ ਉਹਦਾ ਮੈਂ ਕਦੀ ਲਿਖਿਆ ਵੀ ਨਹੀਂ ਕਿਤੇ ਮੈਨੂੰ ਜ਼ੁਬਾਨੀ ਜਾ ਹੁੰਦਾ ਮੈਂ ਠਾ ਕਰਕੇ ਉਹਨਾਂ ਨੂੰ ਫੋਨ ਕਰ ਲੈਣਾ ਹੈਗਾ ਸਭ ਤੋਂ ਬੈਸਟ ਆ ਉਹਨਾਂ ਨੂੰ ਫੋਨ ਕਰਕੇ ਤੁਸੀਂ ਆਪਣਾ ਦੱਸ ਦਿਓ ਵੀ ਕਿੰਨੇ ਬੰਦੇ ਤੁਸੀਂ ਆਉਣਾ ਚਾਹੁੰਦੇ ਹੋ ਕਿਉਂਕਿ ਸਾਡੇ ਕੋਲ ਜਿਹੜੀ ਪਹਿਲੇ ਦਿਨ ਕੈਪੈਸਿਟੀ ਹੋਊਗੀ ਜਿਹੜੀ 5 ਤਰੀਕ ਨੂੰ 180 ਦੀ ਹੋਊਗੀ ਦੂਸਰੇ ਦਿਨ ਆਖ ਕੇ 220 ਦੀ ਆ ਤੇ ਤੀਸਰਾ ਦਿਨ ਜਿਹੜਾ ਹੈਗਾ ਉਦੋਂ 450 ਦੀ ਕੈਪੈਸਿਟੀ ਹੈਗੀ ਆ ਕਿਉਂਕਿ ਸਾਡੋ ਸੈਂਚਰੀ ਗਾਰਡਨ ਦੇ ਵਿੱਚ ਲੋਕ ਵੀ ਜਿਆਦੇ ਆ ਜੋ ਮਦਰ ਡੇ ਕੀਤਾ ਸੀ ਮਨਾਇਆ ਸੀਗਾ ਉਸ ਦਿਨ ਵੀ 400 ਤੋਂ ਬੰਦਾ ਸਾਡੇ ਕੋਲ ਆ ਗਿਆ ਸੀਗਾ ਤੇ ਹੁਣ ਪਲੱਸ 400 ਜੋ ਉਹ علاوہ ਤੇ ਜਿਹੜੇ ਬਾਰੋਂ ਬੰਦੇ ਆਉਣੇ ਆ 50 ਬੰਦੇ ਹੋਰ ਆਉਂਦੇ 450 ਫੇ ਸਾਡੇ ਕੋ ਹੋ ਜਾਣਾ ਹੈਗਾ ਇਹ ਇੱਕ ਵਧੀਆ ਗੱਲ ਆ ਜੇ ਤੁਸੀਂ ਪਹਿਲਾਂ ਰਜਿਸਟ੍ਰੇਸ਼ਨ ਕਰਾ ਲਓ ਤੇ ਬੰਦਿਆਂ ਤੋਂ ਪਤਾ ਲੱਗ ਜਾਂਦਾ ਵੀ ਉੱਥੇ ਸਪੇਸ ਹੈਗੀ ਆ ਜਾਂ ਨਹੀਂ ਹੈਗੀ ਚਿੱਟਾ ਸਾਹਿਬ ਹੁਣ ਆਖਿਰ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਮੈਸੇਜ ਕੋਈ ਕਿਸੇ ਕਿਸਮ ਦਾ ਤੇ ਪਲੀਜ਼ ਮੇਰੀ ਇੱਕੋ ਗੱਲ ਹੀ ਆ ਜੀ ਬਹੁਤ ਵਾਰੀ ਕਹਿੰਦੇ ਆ ਜੀ ਪੰਜਾਬੀ ਮੈਂ ਕੁਛ ਦਿਨ ਕੱਲ ਪਰਸੋ ਵੀ ਗੱਲ ਹੋ ਰਹੀ ਸੀਗੀ ਵੀ ਪੰਜਾਬੀ ਭਾਸ਼ਾ ਨੂੰ ਬਚਾਉਣ ਦੇ ਲਈ ਸਾਡੀ ਸਭਿਅਤ ਪੰਜਾਬੀਅਤ ਨੂੰ ਬਚਾਉਣ ਦੇ ਲਈ ਅਸੀਂ ਕੀ ਕਰੀਏ ਡੁੱਬ ਗਏ ਮਰ ਗਏ ਹੋਰ ਲੁੱਟੇ ਗਏ ਮੈਂ ਕਹਿੰਦਾ ਉਹਦੀ ਬਜਾਏ ਸਿਰਫ ਸਾਰੇ ਇਕੱਠੇ ਹੋ ਕੇ ਸਿਰਫ 24 ਘੰਟਾ ਟਾਈਮ ਦੇ ਦਿਓ اچانک ਨਾ ਪੁੱਛੋ اچانک ਜੇ ਤੁਸੀਂ ਕਿਸੇ ਨੂੰ ਪੁੱਛੋ ਪ੍ਰੋਫੈਸਰਾਂ ਨੂੰ ਪੁੱਛ ਲਓ ਵਿਦਿਆਰਥੀਆਂ ਨੂੰ ਪੁੱਛ ਲਓ ਉਹਨਾਂ ਨੂੰ 35 ਅੱਖਰ ਗੁਰਮੁਖੀ ਦੇ ਨਹੀਂ ਆਉਂਦੇ ਉਹਨਾਂ ਨੂੰ 54 ਜਿਹੜੇ ਅੱਖਰ ਸ਼ਾਹਮੁਖੀ ਦੇ ਨਹੀਂ ਆਉਂਦੇ ਉਹਨਾਂ ਨੂੰ ਹਿੰਦੀ ਦੇ ਅੱਖਰ 52 ਨਹੀਂ ਆਉਂਦੇ ਅੰਗਰੇਜ਼ੀ ਦੇ ਅੱਖਰ ਤਾਂ ਸਾਰਿਆਂ ਨੂੰ ਸ਼ਾਇਦ ਆਉਂਦੇ ਹੋਣਗੇ ਬਾਕੀ ਦੇ ਅੱਖਰ ਨਹੀਂ ਆਉਂਦੇ ਕੋਟੋਕੜ ਸਿਰਫ 24 ਘੰਟੇ ਦਾ ਟਾਈਮ ਦੇ ਕੇ ਤੁਸੀਂ ਕਿਸੇ ਨੂੰ ਪੁੱਛ ਲਓ ਹਰੇਕ ਬੰਦਾ ਤੁਹਾਨੂੰ ਦੱਸੂਗਾ 10 ਗੁਰੂ ਸਾਹਿਬਾਨ ਦੇ ਨਾਂ ਕਿੰਨੇ ਜ਼ਿਲ੍ਹੇ ਹੈਗਾ ਬੇਸਿਕ ਐਂਡ ਜਾਇੰਟ ਜਾਣਕਾਰੀ ਸਿਰਫ 24 ਘੰਟੇ ਦਾ ਟਾਈਮ ਦੇ ਦਿਓ ਤੁਸੀਂ ਅਗਲੇ ਦਿਨ ਸੁਣ ਲਓ ਉਹ ਵਾਦੇ ਫਾਇਦਾ ਹੈਗਾ ਜੋ ਤੁਸੀਂ ਅਚਾਨਕ ਤੋਂ ਹੀ ਪੁੱਛਦੇ ਹੋ ਇਹ ਤਾਂ ਗਲਪਤਾ ਲੱਗ ਚੁੱਕੀ ਹੈ ਉਹਨਾਂ ਨੂੰ ਨਹੀਂ ਲੋੜ ਉਹ ਨਹੀਂ ਸਿੱਖ ਰਹੇ ਪਰ ਆਪਾਂ ਨੂੰ ਜੇ ਪੰਜਾਬੀਅਤ ਨੂੰ ਵਧਾਉਣਾ ਹੈਗਾ ਵਾ ਤੇ ਇੱਕ ਨਿਕਾ ਜਾਇ ਮੇਰਾ ਫਾਰਮੂਲਾ ਹੈਗਾ ਵਾ 24 ਘੰਟੇ ਦਾ ਟਾਈਮ ਦੇ ਦਿਓ 24 ਘੰਟੇ ਬਾਅਦ ਜਿਹਨੂੰ ਮਰਜ਼ੀ ਪੁੱਛ ਲੋ ਹਰੇਕ ਬੰਦਾ ਇਹ ਦੱਸੂਗਾ ਕਿ ਬੜਾ ਸੋਖਾ ਤੇ ਵਧੀਆ ਟੰਗ ਹੈਗਾ ਜੀਟਾ ਸਾਹਿਬ ਬਹੁਤ-ਬਹੁਤ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਇੰਨੀ achhiyan khabran aur inna acha jodan layi aur poore paighaam den layi ਸ੍ਰੀਮਾਨ ਜੀ ਸਾਹਿਬ ਤੋਂ ਤੁਹਾਡਾ ਧੰਨਵਾਦੀ ਆ ਤੁਹਾਡੇ ਦੇ ਰਾਹੀਂ মিডিਆ ਨਾਲ ਸਾਨੂੰ ਲੋਕਾਂ ਤੱਕ ਵੀ ਜੁੜਨ ਦਾ ਲੋਕਾਂ ਨਾਲ ਗੱਲ ਕਰ ਸਾਡੇ ਵਿਚਾਰ ਜਾਣ ਪਾਉਣ ਦਾ ਮੌਕਾ ਮਿਲਿਆ ਹੈਗਾ ਇਸ ਕਰਕੇ ਆਪ ਤੁਹਾਡਾ ਟੈਗ ਟੀਵੀ ਦਾ ਗੋਰਾ ਜੀ ਦਾ ਆਪ ਜੀ ਦਾ ਸਾਰਿਆਂ ਦਾ ਬਹੁਤ ਧੰਨਵਾਦੀ ਆ ਦਰਸ਼ਕੋ ਜੇਕਰ ਤੁਸੀਂ ਚਾਹਦੇ ਹੋ ਕਿ ਤੁਸੀਂ ਨੈਟਵਰਕਿੰਗ ਕਰੋ ਪੰਜਾਬੀ ਕਮਿਊਨਿਟੀ ਦੇ ਵਿੱਚ ਤੇ ਵਰਲਡ ਪੰਜਾਬੀ ਕਾਨਫਰੰਸ ਜ਼ਰੂਰ اٹੈਂਡ ਕਰੋ ਇਹਦੇ ਵਿੱਚ ਤੁਹਾਨੂੰ तमाम ਇੰਪੋਰਟੈਂਟ ਇੰਟੈਲੈਕਚੁਅਲਸ ਔਰ ਉਹ ਲੋਕ ਜਿਹੜੇ ਪੰਜਾਬੀਅਤ ਦੇ ਨਾਲ ਜੁੜੇ ਹੋਏ ਨੇ ਪੰਜਾਬੀ ਔਰ ਪੰਜਾਬੀਅਤ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਮਿਲਣ ਦਾ ਇੱਕ ਬਹੁਤ ਹੀ ਅੱਛਾ ਮੌਕਾ ਮਿਲਦਾ ਹੈ ਇਹਦੇ ਨਾਲ ਨਾਲ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਪੰਜਾਬੀ ਦੇ ਕੀ ਮਸਾਇਲ ਚੱਲ ਰਹੇ ਨੇ ਔਰ ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾ ਸਕਦਾ ਹੈ ਨੈਟਵਰਕਿੰਗ ਕਰੋ ਆਓ ਆ ਕੇ ਦੇਖੋ ਆਪਣਾ ਯੋਗਦਾਨ ਪਾਓ ਪੰਜਾਬੀ ਹੋਣ ਦੀ ਵਜ੍ਹਾ ਨਾਲ ਔਰ ਪੰਜਾਬੀਆਂ ਨੂੰ ਸਮਝਣ ਦੇ ਲਈ ਤੇ ਇੱਕ ਦਫਾ ਫੇਰ ਅ 5 6 7 ਜੁਲਾਈ ਨੂੰ ਤੁਸੀਂ ਸਾਰੇ ਆਓ ਆ ਕੇ ਵੇਖੋ ਤੁਹਾਨੂੰ ਕਿਹਦਾ ਲੱਗਦਾ ਹੈ ਔਰ ਅੱਜ ਦਾ ਐ ਪ੍ਰੋਗਰਾਮ ਪੰਜਾਬ ਰੰਗ ਸਾਡੇ ਨਾਲ ਵੇਖਣ ਦਾ ਬਹੁਤ ਬਹੁਤ ਸ਼ੁਕਰੀਆ